ਇੰਪੋਰਟੈਂਟ ਗੱਲ ਹੈਗੀ ਹੈ, ਇਹਨਾਂ ਦੀ ਜਿਹੜੀ ਅਪੁਆਇੰਟਮੈਂਟ ਸੀ ਉਹ 2010 ਦੇ ਵਿੱਚ ਚਾਰ ਕੰਮਾਂ ਵਾਸਤੇ ਸੀਗੀ, ਦੈਟ ਵਾਸ ਪ੍ਰੀ ਆਡਿਟ, ਕਨਕਰੈਂਟ ਆਡਿਟ, ਕੰਪਿਊਟਰਾਈਜੇਸ਼ਨ ਆਫ ਅਕਾਊਂਟਸ, ਇੰਪਲੀਮੈਂਟੇਸ਼ਨ ਆਫ ਇੰਟਰਨਲ ਕੰਟਰੋਲ ਸਿਸਟਮਸ ਐਂਡ ਇੰਪਲੀਮੈਂਟੇਸ਼ਨ ਆਫ ਆਨਲਾਈਨ ਸਿਸਟਮ। ਇਹਦੇ ਵਿੱਚ ਜਿਹੜੀ ਈਸ਼ਰ ਸਿੰਘ ਕਮਿਸ਼ਨ ਇਨਕੁਆਇਰੀ ਕਮਿਸ਼ਨ ਹੈਗਾ, ਉਹਦੇ ਵਿੱਚ ਇਹਨਾਂ ਦੇ ਬਿਆਨ ਨੇ ਜਿਹਦੇ 'ਚ ਇਹਨਾਂ ਨੇ ਐਡਮਿਟ ਕੀਤਾ ਹੈਗਾ ਭਈ ਅਸੀਂ ਸਵਾਏ ਪ੍ਰੀ ਆਡਿਟ ਤੋਂ ਕੋਈ ਕੰਮ ਨਹੀਂ ਹੋਰ ਕੀਤਾ ਹੈਗਾ, ਸਿਰਫ ਪ੍ਰੀ ਆਡਿਟ ਕੀਤਾ ਹੈਗਾ। ਅਤੇ ਐਟ ਵੇਰੀਅਸ ਪੁਆਇੰਟਸ ਆਫ ਟਾਈਮ 2010 ਜਨਵਰੀ 'ਚ ਇਹਨਾਂ ਦੀ ਅਪੁਆਇੰਟਮੈਂਟ ਹੋਈ ਸੀ 3.5 ਲੱਖ ਰੁਪਏ ਮਹੀਨੇ 'ਤੇ। ਐਂਡ ਜਿਹੜੇ ਮੈਂ ਫੈਕਟ ਸਟੇਟ ਕਰ ਰਿਹਾ ਇਹ ਈਸ਼ਰ ਸਿੰਘ ਇਨਕੁਆਇਰੀ ਕਮਿਸ਼ਨ ਦੇ ਵਿੱਚ ਐਡਮਿਟਡ ਫੈਕਟਸ ਨੇ, ਅਸੀਂ ਉਹੀ ਸਟੇਟ ਕਰ ਰਹੇ ਹਾਂ। ਉਹਦੇ ਵਿੱਚ ਫਿਰ ਇਹਨਾਂ ਨੇ ਇਨਕਰੀਮੈਂਟ ਪਹਿਲਾਂ 75,000 ਦੀ ਲਈ, ਫਿਰ 20,000 ਦੀ ਲਈ, 20,000 ਦੀ ਲਈ, ਸਾਡੇ ਕੋਲ 2012 ਤੱਕ ਦੀਆਂ ਫਿਗਰਸ ਨੇ। ਜੇ ਇਹਨਾਂ ਨੂੰ ਟੋਟਲ ਕਰ ਲਓ, ਇਹ ਸਪੋਜ਼ ਕਰ ਲਈਏ ਵੀ 2012 ਤੋਂ ਬਾਅਦ ਇਹਨਾਂ ਦੀ ਕੋਈ ਇਨਕਰੀਮੈਂਟ ਨਹੀਂ ਹੋਈ, ਤਾਂ ਵੀ ਟੋਟਲ 7 ਕਰੋੜ ਤੋਂ ਉੱਤੇ ਬਣਦਾ ਹੈਗਾ। ਅਤੇ ਉਦੋਂ ਬਾਅਦ ਇਹਨਾਂ ਨੇ ਆਪ ਐਡਮਿਟਡ ਫੈਕਟ ਹੈ ਵੀ ਜਿਹੜੇ ਸਟਾਕ ਲੈਜਰ ਹੈ ਸ਼੍ਰੋਮਣੀ ਕਮੇਟੀ ਦੇ, ਉਹਨਾਂ ਨੇ ਪੈਨਸਲ ਨਾਲ ਬਣਾਏ ਹੋਏ ਨੇ। ਸੋ ਪੈਨਸਲ ਨਾਲ ਬਣਾ ਕੇ ਤਾਂ ਜਦੋਂ ਮਰਜ਼ੀ ਇਰੇਜ਼ੇਬਲ ਪੈਨਸਲ ਨਾਲ ਕਰ ਲਓ, ਇਹਨਾਂ ਨੇ ਕਦੀ ਕਿਤੇ ਰਿਪੋਰਟ ਨਹੀਂ ਕੀਤਾ। ਫਿਰ ਇਹਨਾਂ ਨੇ ਜਿਹੜਾ ਉੱਥੇ ਫਿਜ਼ੀਕਲ ਸਟਾਕ ਵੈਰੀਫਿਕੇਸ਼ਨ ਸਰਦਾਰ ਨਿਰੰਜਨ ਸਿੰਘ ਨੇ ਉਹਨਾਂ ਨੇ ਕੀਤੀ ਸੀਗੀ, ਉਹ ਨਹੀਂ ਲਈ ਜੋ ਪੈਨਸਲ ਵਾਲੇ ਸਟਾਕ ਰਜਿਸਟਰਸ ਹੈ ਉਹ ਲਈ। ਔਰ ਸਟਾਕ ਸਸਪੈਂਸ ਇਹਨਾਂ ਨੇ ਇੱਕ ਉੱਥੇ ਲੈਜਰ ਬਣਾਇਆ ਹੋਇਆ ਸਸਪੈਂਸ ਸਟਾਕ ਦਾ, ਸਸਪੈਂਸ ਸਟਾਕ ਦਾ ਲੈਜਰ ਅਕਾਊਂਟਿੰਗ ਵਰਲਡ 'ਚ ਐਗਜਿਸਟ ਹੀ ਨਹੀਂ ਕਰਦਾ। ਐਂਡ ਹੀ ਇਜ਼ ਐਡਮਿਟਡ ਹੀ ਨਿਊ ਅਬਾਊਟ ਇਟ, ਅਤੇ ਇਹਨਾਂ ਨੇ ਕਦੀ ਕਿਤੇ ਪੁਆਇੰਟ ਆਊਟ ਨਹੀਂ ਕੀਤਾ। ਫਿਰ ਜਦੋਂ ਮਹਾਰਾਜ ਸਰੂਪ ਅਗਨ ਭੇਟ ਹੋਏ ਨੇ, ਉਹ ਇਹਨਾਂ ਨੂੰ ਪਤਾ ਸੀਗਾ, ਹੀ ਇਜ਼ ਐਡਮਿਟਡ ਕਿ ਮੈਨੂੰ ਪਤਾ ਅਗਨ ਭੇਟ ਹੋਏ ਨੇ, ਬਟ ਉਹ ਸਰੂਪ ਜਿਹੜਾ ਸਟਾਕ ਰਜਿਸਟਰ ਹੈ ਉਹਦੇ ਤੋਂ ਰਾਈਟ ਆਫ ਹੋਣੇ ਸੀਗੇ, ਉਹ ਰਾਈਟ ਆਫ ਨਹੀਂ ਕੀਤੇ। ਉਹ ਅੱਜ ਦੀ ਤਰੀਕ ਤੱਕ ਤਾਂ ਹੀ ਪਤਾ ਨਹੀਂ ਲੱਗ ਰਿਹਾ ਕਿੰਨੇ ਸਰੂਪ ਅਗਨ ਭੇਟ ਹੋਏ ਨੇ, ਬਿਕੋਜ਼ ਇਹਨਾਂ ਨੇ ਰਾਈਟ ਆਫ ਨਹੀਂ ਕੀਤੇ। ਇਹਨਾਂ ਨੇ ਅਕਾਊਂਟਿੰਗ ਬੁੱਕ 'ਚ ਰਾਈਟ ਆਫ ਕੀਤੇ ਹੁੰਦੇ, ਸਾਨੂੰ ਅੱਜ ਇੱਕ ਪਰੂਫ ਹੁੰਦਾ ਜੀ ਇੰਨੇ ਸਰੂਪ ਅਗਨ ਭੇਟ ਹੋ ਗਏ। ਸੋ ਇਹ ਸਾਰੀ ਹੁਣ ਜਿਹੜਾ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਹੈਗਾ, ਉਹਨੇ ਇੱਕ ਅਕਾਊਂਟਿੰਗ ਸਟੈਂਡਰਡਸ ਨੇ। ਸੋ ਆਲ ਦਿਸ ਨੈਗਲੀਜੈਂਸ ਇਜ਼ ਇਨ ਵਾਇਲੇਸ਼ਨ ਆਫ ਦ ਅਕਾਊਂਟਿੰਗ ਸਟੈਂਡਰਡਸ ਲੇਡ ਬਾਏ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ। ਸੋ ਸਾਨੂੰ ਜਿਹੜਾ ਅਸੀਂ ਇਹਨਾਂ ਨੂੰ ਨੋਟਿਸ ਦਿੱਤਾ ਵੀ ਤੁਹਾਡੀਆਂ ਦੋ ਵਾਇਲੇਸ਼ਨ ਸਭ ਤੋਂ ਇੰਪੋਰਟੈਂਟ ਨੇ। ਇੱਕ ਤਾਂ ਹੈਗਾ ਜਿਹੜੇ ਤੁਹਾਡੀ ਟਰਮਸ ਆਫ ਇੰਪਲੋਇਮੈਂਟ ਸੀਗਾ, ਉਹਦੇ 'ਚ ਤੁਸੀਂ ਐਡਮਿਟ ਕੀਤਾ ਕਿ ਮੈਂ ਸਿਰਫ ਚਾਰਾਂ 'ਚੋਂ ਇੱਕ ਕੰਮ ਵੀ ਨਹੀਂ ਕੀਤਾ, ਅੱਧਾ ਕੰਮ ਕੀਤਾ, ਨੰਬਰ 1। ਸੈਕਿੰਡ ਜਿਹੜਾ ਇਹਦੇ 'ਚ ਇਹ ਹੈਗਾ ਆ ਵੀ ਜਿਹੜਾ ਤੁਹਾਨੂੰ ਫਿਰ ਜੇ ਤੁਸੀਂ 7 ਕਰੋੜ ਦਿੱਤਾ ਹੈਗਾ ਤੁਹਾਨੂੰ, ਉਹ ਤਾਂ 4 ਕੰਮਾਂ ਦਾ ਦਿੱਤਾ, ਉਹਦੇ 'ਚ SGPC ਨੇ ਰਿਕਵਰੀ ਨਹੀਂ ਪਾ ਰਹੇ, ਇਹਨਾਂ ਨੂੰ ਹਾਲੇ ਤੱਕ ਦੇਈ ਜਾ ਰਹੇ ਨੇ। ਐਂਡ ਅਸੀਂ ਅਜਿਊਮ ਕਰ ਰਹੇ 2012 ਤੋਂ ਜਿਹੜਾ ਉਹ ਸਾਡੀ ਨੌਲੇਜ 'ਚ ਨਹੀਂ ਹੈਗਾ, ਵੀ ਨੋਟ ਪ੍ਰੀਵੀ ਟੂ ਇਟ। ਦੂਸਰੀ ਗੱਲ, ਜਦੋਂ ਕੋਈ ਡਾਕੂਮੈਂਟ, ਕੋਈ ਆਡਿਟ, ਚਾਹੇ ਇੰਟਰਨਲ ਹੋਵੇ, ਚਾਹੇ ਪ੍ਰੀ ਆਡਿਟ ਹੋਵੇ, ਚਾਹੇ ਕਨਕਰੈਂਟ ਆਡਿਟ ਹੋਵੇ, ਵੈਨ ਇਟ ਇਜ਼ ਸਾਈਨਡ ਬਾਏ ਅ ਚਾਰਟਰਡ ਅਕਾਊਂਟੈਂਟ, ਉਹ ਇੱਕ ਅਜਿਊਮ ਕੀਤਾ ਜਾਂਦਾ ਹੈਗਾ ਕਿ ਦੈਟ ਇਜ਼ ਟਰੁੱਥ, ਨਥਿੰਗ ਬਟ ਦ ਟਰੁੱਥ। ਬਟ ਹੁਣ ਜਦੋਂ ਇਨਕੁਆਇਰੀ ਕਮਿਸ਼ਨ 'ਚ, ਈਸ਼ਰ ਸਿੰਘ ਇਨਕੁਆਇਰੀ ਕਮਿਸ਼ਨ ਰਿਪੋਰਟ 'ਚ ਇਹਨਾਂ ਦੀ ਇੰਟੈਰੋਗੇਸ਼ਨ ਹੋਈ ਹੈ, ਉਹਦੇ 'ਚ ਇਹਨਾਂ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ, ਐਡਮਿਟ ਕੀਤੀਆਂ। ਸੋ ਇਸ ਐਡਮਿਸ਼ਨ ਤੋਂ ਬਾਅਦ ਇਟ ਇਜ਼ ਅ ਕਲੀਅਰ ਵਾਇਲੇਸ਼ਨ ਆਫ ਦ ਅਕਾਊਂਟੈਂਟ ਸਟੈਂਡਰਡਸ ਐਂਡ ਦ ਚਾਰਟਰ ਲੇਡ ਬਾਏ ਦ ਇੰਸਟੀਚਿਊਟ ਆਫ ਚਾਰਟਰ ਅਕਾਊਂਟੈਂਟਸ ਆਫ ਇੰਡੀਆ। ਸੋ ਇਸ ਕਰਕੇ ਉਹਦੀ ਵਾਇਲੇਸ਼ਨ ਲਈ ਅਸੀਂ ਇਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਹੈਗਾ ਭਈ ਦਿਓ, ਨਹੀਂ ਤਾਂ ਵੀ ਵਿਲ ਮੂਵ ਦ ਇੰਸਟੀਚਿਊਟ ਆਫ ਚਾਰਟਰ ਅਕਾਊਂਟੈਂਟਸ ਆਫ ਇੰਡੀਆ ਫੋਰ ਰਿਮੂਵਲ ਆਫ ਇਸ ਮੈਂਬਰਸ਼ਿਪ ਐਂਡ ਵਾਇਲੇਸ਼ਨ ਉਹਦੇ 'ਚ ਰਿਕਵਰੀ ਆਫ ਡਿਊਸ ਜਿਹੜੇ ਇਹਨਾਂ ਨੂੰ ਮਿਲੇ ਨੇ ਫੋਰ ਐਕਸੈਸ, ਬਿਕੋਜ਼ ਜਿੰਨੀ ਇਨਕਰੀਮੈਂਟ ਹੋਈ ਹੈ ਉਹਦੇ 'ਚ ਇਹਨਾਂ ਨੇ ਪੁਆਇੰਟ ਆਊਟ ਕੀਤਾ ਇਹਦੇ ਲਈ, ਇਹਦੇ ਲਈ, ਇਹਦੇ ਲਈ। ਹੁਣ ਕੁਛ ਸਵਾਲ ਲੀਗਲ ਪੁਆਇੰਟਸ ਆ ਸੀ ਇਸ ਕੇਸ ਵਿੱਚ। ਜਿਹੜਾ ਸਭ ਤੋਂ ਪਹਿਲੇ ਤਾਂ ਨੋਟਿਸ ਆਇਆ ਸੀ 2012 ਵਿੱਚ ਕਿ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪਸ ਮਿਸਿੰਗ ਹੈਗੇ ਨੇ। ਉਹ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਹੋਈ, ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੰਟਰਵੀਨ ਕਰਕੇ ਇੱਕ ਕਮਿਸ਼ਨ ਬਣਾਇਆ ਜਿਹਦੇ ਹੈੱਡ ਸੀ ਈਸ਼ਰ ਸਿੰਘ ਐਡਵੋਕੇਟ। ਉਸ ਤੋਂ ਬਾਅਦ ਜਦੋਂ ਫਾਈਨਿੰਗਸ ਆਈਆਂ ਨੇ, ਉਸ 'ਚ ਪਤਾ ਲੱਗਿਆ ਕਿ ਗਿਣਤੀ ਤਾਂ ਜਿਹੜੀ ਆ ਹੋਰ ਵੱਧ ਗਈ, 328 ਸਰੂਪ ਜਿਹੜੇ ਸੀ ਮਿਸਿੰਗ ਟਰੇਸ ਆਊਟ ਹੋਏ। ਉਹਦੇ ਵਿੱਚ ਜਿਹੜਾ ਸੀ ਕਮਿਸ਼ਨ ਦੇ ਵਿੱਚ ਜਿਹੜੀ 1200-1300 ਪੇਜ ਦੀ ਰਿਪੋਰਟ ਸੀ, ਅਰਾਊਂਡ 1200 ਪੇਜਿਸ ਦੇ ਕਰੀਬ ਹੈਗੀ ਹੈ,
ਉਸ ਥੋਰਲੀ ਈਚ ਐਂਡ ਐਵਰੀ ਐਸਪੈਕਟ ਇਹਨਾਂ ਨੇ ਡਿਸਕਸ ਕੀਤਾ ਸੀ। ਜਦੋਂ ਰਿਪੋਰਟ ਆ ਗਈ, ਰਿਪੋਰਟ ਦੇ ਬੇਸਿਸ 'ਤੇ ਜਿਹੜੇ ਐਕਿਊਜ਼ਡ ਨੇ ਉਹਨਾਂ ਦੇ ਖਿਲਾਫ਼ ਜਦੋਂ ਐਕਸ਼ਨ ਹੋਣਾ ਸੀ, SCPC ਨੇ ਆਲ ਆਫ ਸਡਨ ਬਾਦਲ ਫੈਮਿਲੀ ਦੇ ਪ੍ਰੈਸ਼ਰ ਹੇਠ 15 ਸਤੰਬਰ 2020 ਨੂੰ ਇੱਕ ਰੈਜੂਲੇਸ਼ਨ ਮੂਵ ਕਰ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਅਸੀਂ ਤਾਂ ਹੁਣ ਇਹਨਾਂ ਦੇ ਖਿਲਾਫ਼ ਕੋਈ ਕ੍ਰਿਮੀਨਲ ਐਕਸ਼ਨ ਨਹੀਂ ਲਵਾਂਗੇ, ਅਸੀਂ ਤਾਂ ਆਪਦਾ ਜਿਹੜਾ ਡਿਪਾਰਟਮੈਂਟਲ ਐਕਸ਼ਨ ਹੈ ਉਹ ਲਵਾਂਗੇ। ਉਸ ਤੋਂ ਬਾਅਦ ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਹ ਮਹਿਸੂਸ ਕੀਤਾ ਹੈ ਕਿ ਕਿਉਂਕਿ ਇਹ ਸਾਰੇ ਇਸ਼ੂਜ਼ ਨੂੰ ਐਕਸਪੋਜ਼ ਸ਼੍ਰੋਮਣੀ ਕਮੇਟੀ ਨੇ ਕਰਨਾ ਸੀ, ਸ਼੍ਰੋਮਣੀ ਕਮੇਟੀ ਦੀ ਡਿਊਟੀ ਸੀ ਕਿ ਉਹਨਾਂ ਦੇ ਖਿਲਾਫ਼ ਐਕਸ਼ਨ ਕਰੇ। ਸੋ ਉਸ ਤੋਂ ਬਾਅਦ ਅਸੀਂ ਜਿਹੜਾ ਵਾ ਇਹ ਸ਼੍ਰੋਮਣੀ ਕਮੇਟੀ ਨੂੰ ਇਹ ਵੀ ਕਿਹਾ ਕਿ ਉਹ ਜਿਹੜਾ 15 ਸਤੰਬਰ ਵਾਲਾ ਤੁਹਾਡਾ ਰੈਜੂਲੇਸ਼ਨ ਹੈਗਾ ਹੈ ਉਹਨੂੰ ਤੁਸੀਂ ਵਿਦਡਰਾਅ ਕਰੋ, ਉਹਨੂੰ ਵਾਪਸੀ ਲਓ। ਟਿਲ ਡੇਟ ਅੱਜ ਤਕਰੀਬਨ 6-7 ਮਹੀਨੇ ਹੋ ਗਏ ਨੇ, 8 ਮਹੀਨੇ ਹੋ ਗਏ ਨੇ, ਇਹਨਾਂ ਨੇ ਉਹਨੂੰ ਵਾਪਸੀ ਨਹੀਂ ਲਿਆ। ਸੋ ਅਸੀਂ ਹੁਣ ਇਹਦੇ ਵਿੱਚ ਜਿਹੜਾ ਲੀਗਲ ਜਿਹੜਾ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਹੈਗਾ ਉਹਦੇ 'ਚ ਕੇਸ ਫਾਈਲ ਕੀਤਾ, ਸੋ ਡੈਟ ਜਿਹੜੀ ਰਿਕਵਰੀਜ਼ ਨੇ, ਜਿਹੜਾ ਨੁਕਸਾਨ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਉਹ ਫੁਲਫਿਲ ਕਰੀਏ, ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕਰੀਏ। ਜੀ ਨਹੀਂ, ਬਰਗਾੜੀ ਡਿਫਰੈਂਟ ਇਸ਼ੂ ਹੈਗਾ। ਮਰਿਆਦਾ ਹੈਗੀ ਕਿ ਨਹੀਂ, ਕੈਚ ਕਿੱਥੇ ਹੈਗਾ? ਜਦੋਂ ਸਰੂਪ ਸੈਂਕਸ਼ਨ ਹੋ ਜਾਂਦੇ ਨੇ, ਸ਼੍ਰੋਮਣੀ ਕਮੇਟੀ ਦਾ ਇੱਕ ਪ੍ਰੋਸੀਜਰ ਹੈ, ਆਮ ਓਨਰੀ ਕਿਤਾਬ ਦਾ ਹੈ, ਬੁੱਕ ਦੀ ਐਂਟਰੀ ਹੁੰਦੀ ਹੈ, ਜਿਹੜਾ ਟੂਰ ਕਰ ਰਿਹਾ ਉਹ ਜਾਂਦਾ ਹੈ, ਉਸ ਹਰ ਸਰੂਪ ਦਾ ਮੈਂਸ਼ਨ ਹੁੰਦਾ ਵੀ ਅੱਜ ਸਰੂਪ ਫਲਾਣਾ ਸਿੰਘ ਦੇ ਘਰੇ ਗਿਆ, ਫਲਾਣੇ ਸ਼ਹਿਰ 'ਚ ਗਿਆ। ਛਪਾਈ ਤੋਂ ਬਣ ਕੇ ਸਰੂਪ ਬਣਾਉਣ ਤੋਂ ਉਹਦਾ ਸੀਰੀਅਲ ਨੰਬਰ ਹੁੰਦਾ, ਉਸ ਸੀਰੀਅਲ ਨੰਬਰ ਦੇ ਅਗੇਂਸਟ ਇਸ਼ੂ ਹੁੰਦਾ, ਕਿੰਨੇ ਇਸ਼ੂ ਕੀਤਾ, ਕਿੰਨੇ ਉੱਥੇ ਇਨਸਪੈਕਸ਼ਨ ਕੀਤੀ, ਇਹ ਸਾਰੀ ਆਡਿਟ ਟ੍ਰੇਲ ਦੇ ਵਿੱਚ ਡਾਕੂਮੈਂਟੇਸ਼ਨ ਹੈ, ਜਿਸ ਦੇ ਇੰਚਾਰਜ SGPC ਤੋਂ ਠੇਕਾ ਲੈ ਕੇ। ਵਾਹਿਗੁਰੂ ਖਾਲਸਾ ਪੰਥ ਕੀ ਫਤਿਹ। 2015 ਤੋਂ ਜਿਹੜੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 2015 ਤੋਂ ਗੁਰੂ ਸਾਹਿਬ ਦੇ 328 ਸਰੂਪਾਂ ਦੀ ਚਰਚਾ ਬਹੁਤ ਵੱਡੇ ਪੱਧਰ 'ਤੇ ਉੱਠੀ ਹੋਈ ਹੈ। ਇਹਦੇ ਉੱਤੇ SGPC ਨੇ ਈਸ਼ਰ ਸਿੰਘ ਇਨਕੁਆਇਰੀ ਪਾਈ ਸੀ, ਅਕਾਲ ਤਖਤ ਸਾਹਿਬ ਨੇ ਉਸ ਦਾ ਨੋਟ ਕੀਤਾ ਹੈ, ਔਰ ਉਹਦੇ ਵਿੱਚ ਜਿਹੜੇ ਬਿਆਨ ਦਿੱਤੇ ਗਏ ਆ ਉਸ ਤਹਿਤ ਬਹੁਤ ਸਾਰੀ ਮੈਲਫੀਜੀਅੰਸ ਨੈਗਲੀਜੈਂਸ ਦੇ ਕੇਸ ਆਏ ਹੈ, ਜਿਹਦੇ ਵਿੱਚੋਂ ਪ੍ਰਮੁੱਖ ਸਤਿੰਦਰਪਾਲ ਸਿੰਘ ਕੋਹਲੀ CA ਉਹਦੀ ਨੈਗਲੀਜੈਂਸ ਬਹੁਤ ਵੱਡੇ ਪੱਧਰ 'ਤੇ ਸਾਨੂੰ ਉਹਦੇ ਆਪ ਦੇ ਲਫ਼ਜ਼ਾਂ 'ਚ ਆਈ ਹੈ। ਉਸ ਕਮੇਟੀ ਦੀ ਰਿਪੋਰਟ ਨੂੰ ਲੈ ਕੇ ਅੱਜ ਅਸੀਂ ਐਡਵੋਕੇਟ ਸਿਮਰਨਜੀਤ ਸਿੰਘ ਨਾਲ ਅਤੇ ਸਾਡੇ ਸੀਨੀਅਰ ਜਨਰਲ ਸਕੱਤਰ ਸਰ ਕੁਸ਼ਲਪਾਲ ਸਿੰਘ ਨਾਲ ਨੋਟਿਸ ਸਤਿੰਦਰਪਾਲ ਸਿੰਘ ਕੋਹਲੀ ਨੂੰ ਭੇਜਿਆ ਹੈਗਾ, ਜਿਸ ਵਿੱਚ ਅਸੀਂ ਉਹਨੂੰ ਪੁੱਛਿਆ ਕਿ ਜਿਹੜੇ ਆਪ ਦੇ ਲਫ਼ਜ਼ਾਂ 'ਚ ਜਿਹੜੀ ਮੈਲਫੀਸੀਅੰਸ ਨੈਗਲੀਜੈਂਸ ਰਹੀ ਹੈ ਉਹ ਤੇਰੇ ਚਾਰਟਰਡ ਅਕਾਊਂਟੈਂਟ ਦੇ ਵਾਅਦੇ ਜਿਹੜੇ ਹੁੰਦੇ ਆ, ਜਿਹੜਾ ਤੁਸੀਂ ਆਪਣਾ ਪੈਕਟ ਬਣਾਉਂਦੇ ਹੋ ਚਾਰਟਰਡ ਅਕਾਊਂਟੈਂਟ ਬਣਨ 'ਤੇ, ਉਹਦੀ ਉਲੰਘਣਾ ਹੈ ਅਤੇ ਤੇਰੇ ਉੱਤੇ ਕਾਰਵਾਈ ਕਿਉਂ ਨਾ ਕੀਤੀ ਜਾਏ। ਇਹ ਸਾਨੂੰ ਮਜਬੂਰਨ ਤਾਂ ਕਰਨਾ ਪਿਆ ਕਿਉਂਕਿ SGPC ਨੇ ਇਹ ਸਾਰੇ ਕ੍ਰਿਮੀਨਲਸ ਨੂੰ ਮਾਫ਼ੀ ਦੇ ਕੇ ਇੰਟਰਨਲ ਪ੍ਰੂਫ ਰੱਖ ਲਿਆ ਹੈਗਾ। ਅਫਸੋਸ ਦੀ ਗੱਲ ਇਹ ਹੈ ਕਿ 328 ਸਰੂਪ ਅੱਜ ਵੀ ਕਿਸੇ ਨੂੰ ਨਹੀਂ ਪਤਾ ਕਿੱਥੇ ਕਿਸ ਹਾਲਾਤ 'ਚ ਹਨ। ਪਿਛਲੇ ਸਮੇਂ 'ਚ ਅਸੀਂ ਦੇਖਿਆ ਕਿ ਇੱਥੇ ਦੀ ਜਿਹੜੀ ਮਾਹੌਲ ਹੈ ਉਹ ਬਹੁਤ ਖਰਾਬ ਹੋਏ ਹੈ, ਕਿਉਂਕਿ ਗੁਰੂ ਸਾਹਿਬ ਦੇ ਸਰੂਪ ਜਿਵੇਂ ਬਰਗਾੜੀ ਕੇਸ ਹੈ ਉਹਦੇ ਵਿੱਚ ਗੰਦੇ ਨਾਲਿਆਂ 'ਚ ਸੁੱਟ ਕੇ ਪਾੜ ਕੇ ਉਹਨਾਂ 'ਤੇ ਅੱਗ ਲਾ ਕੇ ਇੱਥੇ ਪੰਜਾਬ ਦਾ ਮਾਹੌਲ ਖਰਾਬ ਹੋਇਆ। ਇਹ ਗੈਰ ਜ਼ਿੰਮੇਵਾਰੀ ਹੈ SGPC ਦੀ ਕਿ ਉਹਨਾਂ ਨੇ ਕੋਈ ਪ੍ਰੈਸ਼ਰ ਜਿਹੜੇ ਕਸੂਰ ਵਾਲੇ ਬੰਦੇ ਹੈ ਉਹਨਾਂ ਦੇ ਉੱਤੇ ਕ੍ਰਿਮੀਨਲ ਕੇਸ ਪਾ ਕੇ ਨਹੀਂ, ਉਹਨਾਂ 'ਤੇ ਪ੍ਰੈਸ਼ਰ ਪਾ ਕੇ ਇਹ ਕਾਰਡ ਨਹੀਂ ਕੱਢੀ ਹੈਗੀ ਕਿ ਗੁਰੂ ਸਾਹਿਬ ਦੇ ਸਰੂਪ ਕਿੱਥੇ ਹੈ। ਇਹ ਇੱਥੇ ਦੇ ਸਮਾਜਿਕ ਸ਼ਾਂਤ ਮਾਹੌਲ ਦੇ ਉੱਤੇ
बहुत वड्डा प्रश्न चिन्ह है, ना पंजाब सरकार ना जिहड़े हाई कोर्ट सुप्रीम कोर्ट जिन्होंने सुओ मोटो एक्शन जद हिंदू धर्म के जिमें बाबा रामदेव होया उहदे हक्कां दे उत्ते पहरा दे के सुओ मोटो एक्शन लिती है, अज गुरु साहब के सरूपां दे उत्ते किसी ने कोई काम नहीं किया हैगा। श्रोमणी अकाली दल अमृतसर ने केस सिख गुरद्वारा जुडिशल कमीशन च पाए हैं और अज थानू जिमें सर कुशलपाल सिंह जी ते सिमरनजीत सिंह जी दसणगे, असी इंस्टीट्यूट ऑफ चार्टर्ड अकाउंटेंट्स के सामने यदि मैलफीसियंस नैगलीजेंस से अपने वादे तोड़न दे एज बतौर चार्टर्ड अकाउंटेंट्स दे ये केस भी पाण ते चले हैगे। वाहिगुरू जी का खालसा, वाहिगुरू जी की फतेह।